ਤਸਵੀਰਾਂ ਇੱਕ ਭਿਆਨਕ ਸੜਕ ਹਾਦਸੇ ਦੀਆਂ ਨੇ ਜਿੱਥੇ ਬਾਈਕ ਸਵਾਰ ਦੇ ਟਿੱਪਰ ਹੇਠਾਂ ਆਉਣ ਕਾਰਨ ਚੀਥੜੇ ਉੜ ਗਏ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਜਦੋਂ ਸੜਕ ਤੋਂ ਗੁਜ਼ਰ ਰਿਹਾ ਸੀ ਤਾਂ ਪਹਿਲਾਂ ਉਸਦੀ ਕਿਸੇ ਗੱਡੀ ਨਾਲ ਟੱਕਰ ਹੋਈ ਅਤੇ ਫਿਰ ਪਿੱਛੋਂ ਆ ਰਹੇ ਟਿੱਪਰ ਦੀ ਚਪੇਟ ਚ ਆ ਗਿਆ। ਸਾਰਾ ਦਾ ਸਾਰਾ ਟਿੱਪਰ ਹੀ ਇਸ ਨੌਜਵਾਨ ਦੇ ਉੱਤੋਂ ਦੀ ਨਿਕਲ ਗਿਆ, ਜਿਸ ਕਰਕੇ ਉਸਦੇ ਚੀਥੜੇ ਉੜ ਗਏ। ਲਾਸ਼ ਦਾ ਨਾ ਤਾਂ ਮੂੰਹ ਸੀ ਤੇ ਨਾ ਹੀ ਉਸਦਾ ਸਿਰ ਬਚਿਆ, ਜਿਸ ਕਰਕੇ ਪੁਲਿਸ ਨੂੰ ਵੀ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਪਾਈ ਹੈ। ਇਹ ਹਾਦਸਾ ਹੁਸ਼ਿਆਰਪੁਰ ਦੇ ਤਲਵਾੜਾ ਦੇ ਵਿੱਚ ਵਾਪਰਿਆ, ਜਿੱਥੇ ਦੇਰ ਰਾਤ ਦੇ ਮੋਟਰਸਾਈਕਲ ਸਵਾਰ ਸੜਕ ਤੋਂ ਗੁਜ਼ਰ ਰਿਹਾ ਸੀ ਤਾਂ ਪਹਿਲਾਂ ਉਸਦੀ ਇੱਕ ਗੱਡੀ ਦੇ ਨਾਲ ਟੱਕਰ ਹੁੰਦੀ ਹੈ, ਜਿਸ ਤੋਂ ਬਾਅਦ ਉਹ ਇੱਕ ਬਜਰੀ ਨਾਲ ਭਰੇ ਟਿੱਪਰ ਦੇ ਹੇਠਾਂ ਆ ਜਾਂਦਾ ਹੈ ਤੇ ਸਾਰਾ ਦਾ ਸਾਰਾ ਟਿੱਪਰ ਹੀ ਉਸਦੇ ਉੱਤੋਂ ਲੰਘ ਜਾਂਦਾ ਹੈ, ਜਿਸ ਕਰਕੇ ਲਾਸ਼ ਤੇ ਚਿੱਥੜੇ ਉੜ ਗਏ ਨੇ। ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਹੈ। सिर ते मुंह ना होन कारण अज तक इस मृतक की पहचान नहीं हो पाई है, पर उसकी बाइक हरियाणा नंबर दी दसी जा रही है, जिस नूं लेके पुलिस हुण तफ्तीश दे विच जुटी हुई है। ਇਹ ਹਾਸਾ ਹੋਇਆ ਇੱਥੇ ਮੌਜੂਦ ਸੀਗੇ? ਨਹੀਂ ਭਾਈ, ਮੈਂ ਇੱਥੇ ਮੌਜੂਦ ਨਹੀਂ, ਬਹੁਤ ਦੇ ਵਿੱਚ ਪਹੁੰਚਿਆ। ਜਦੋਂ ਮੈਂ ਹਾਸੇ ਤੇ ਪਹੁੰਚਿਆ ਤੇ ਮੈਂ ਬੰਦੇ ਦੀ ਡੈੱਡ ਬੋਡੀ ਆ ਕੇ ਦੇਖੀ ਤੇ ਬੰਦੇ ਨਾ ਸਿਰ ਸੀ ਨਾ ਲੱਤ ਸੀ ਜੀ। ਠੀਕ ਹੈ ਜੀ, ਬੰਦੇ ਦਾ ਸਿਰ ਦਾ ਖੰਜੂਮਰ ਬਣ ਗਿਆ ਸੀ ਭਾਜੀ, ਬਜਰੀ ਇੱਥੇ ਖਿਲਰੀ ਪਈ ਹੈ ਜੀ, ਇਹ ਤੁਸੀਂ ਆਪ ਦੇਖ ਸਕਦੇ ਹੋ। ਕੀ ਲੱਗਦਾ ਤੁਹਾਨੂੰ ਕਿਦਾਂ ਹੋਇਆ ਹੋਗਾ ਹਾਸਾ ਇਹ? ਭਾਜੀ ਮੈਂ ਨਹੀਂ ਕਹਿ ਸਕਦਾ ਭਾਈ, ਯਾਰ ਉਹ ਯਾਰ ਟਰੱਕ ਵਾਲੀ ਦੀ ਗਲਤੀ ਹੈ ਜਾਂ ਗੱਡੀ ਵਾਲੇ ਦੀ ਗਲਤੀ ਜਾਂ ਮੋਟਰਸਾਈਕਲ ਵਾਲੇ ਦੀ ਗਲਤੀ ਹੈ ਜੀ। ਠੀਕ ਹੈ ਜੀ, ਮੇਰੇ ਪਤਾ ਨਹੀਂ ਲੱਗਿਆ, ਇਹ ਨਹੀਂ ਭਾਜੀ ਪਤਾ ਲੱਗਿਆ, ਬਾਅਦ ਵਿੱਚ ਆਇਆ ਮੈਨੂੰ ਇੰਨਾ ਨਹੀਂ ਪਤਾ ਭਾਜੀ। ਜਦੋਂ ਆਇਆ ਮੈਂ ਖੁਦ ਆਪਣੇ ਹੱਥੀ ਨਾ ਮੈਂ ਭਾਜੀ ਗਲਵਜ਼ ਪਾਏ ਨਾ ਕੁਛ ਕੀਤਾ ਹੈ, ਇੱਦਾਂ ਬੰਦੇ ਡੈੱਡ ਬੋਡੀ ਮੈਂ ਪੁਲਿਸ ਵਾਲੀ ਗੱਡੀ ਵਿੱਚ ਰਖਾਈ ਹੈ। ਪੁਲਿਸ ਵਾਲੇ ਨੇ ਉਹਦੀ ਜਦੋਂ ਮੋਬਾਈਲ ਲੱਭਦੇ ਉਹ ਕਹਿੰਦੇ ਮੋਬਾਈਲ ਸਾਨੂੰ ਪਹਿਲੇ ਮਿਲ ਗਿਆ ਹੈ। ਠੀਕ ਹੈ ਜੀ, ਇਹ ਨਹੀਂ ਪਤਾ ਭਾਜੀ ਯਾਰ ਜੀ। ਤੇ ਹੁਣ ਇਹ ਡੈੱਡ ਬੋਡੀ ਤੁਸੀਂ ਚਕਾਇਆ ਕਿ? ਇਹ ਭਾਜੀ ਮੈਂ ਖੁਦ ਚਕਾਈ ਹੈ, ਮੈਂ ਖੁਦ ਉਹਨਾਂ ਨੇ ਕਹਿੰਦੇ ਬੋਰੀ ਅੰਦਰ ਪਾ ਦਿਓ, ਮੈਂ ਬੋਰੀ ਅੰਦਰ ਨਹੀਂ ਪਾਈ, ਮੈਂ ਕਿਹਾ ਬੋਰੀ ਨੂੰ ਪਾੜੋ ਇਹਦੇ ਅੰਦਰ ਉਹਦੀ ਡੈੱਡ ਬੋਡੀ ਬੰਦੇ ਰਖਾ ਦਿਓ, ਬੋਰੀ ਜਿਵੇਂ ਰਖਾ ਕੇ ਆਪਾਂ ਪੁਲਿਸ ਦੀ ਗੱਡੀ ਵਿੱਚ ਪਾਈਏ ਨਾ ਭਾਜੀ, ਮੈਂ ਗਲਵਜ਼ ਪਾਏ ਨਾ ਕੁਛ ਨਹੀਂ ਕੀਤਾ ਭਾਜੀ, ਮੈਂ ਇੱਦਾਂ ਹੀ ਮੈਂ ਕਿਹਾ ਯਾਰ ਉਹ ਵੀ ਸਾਡੇ ਵਰਗਾ ਇਨਸਾਨ ਹੈ ਜੀ, ਕਿਉਂ ਜੀ ਸਾਡੇ ਅੰਦਰ ਖੂਨ ਹੈ ਇਹ ਬੰਦੇ ਖੂਨ ਭਾਜੀ, ਉਹ ਬੰਦੇ ਸਿਰ ਦੀ ਚਰਬੀ ਚਰਬੀ ਖਿਲਰੀ ਪਈ ਹੈ, ਉਹ ਦੇਖੋ ਸਾਹਮਣੇ। ਇਹ ਭਾਜੀ ਕੋਈ ਨਾ ਬਲੈਰੋ ਵਾਲਾ ਕੋਈ ਟਿੱਪਰ ਸਟੈਡ ਮਾਰ ਗਿਆ ਮੋਟਰਸਾਈਕਲ ਵਾਲੇ ਨੂੰ। ਅੱਛਾ, ਤੇ ਮੋਟਰਸਾਈਕਲ ਟਿੱਪਰ ਵਾਲੇ ਦੇ ਅੱਗੇ ਪਿਆ ਜਾ ਕੇ ਟਿੱਪਰ ਵਾਲੇ ਕੋਲ ਬ੍ਰੇਕ ਨਹੀਂ ਲੱਗੀ ਯਕਦਮ, ਤੇ ਮਤਲਬ ਕਿ ਥੱਲੇ ਆ ਗਿਆ ਮੋਟਰਸਾਈਕਲ ਟਿੱਪਰ ਦੇ। ਅੱਛਾ, ਤੇ ਬੰਦੇ ਦੀ ਮੌਕੇ 'ਤੇ ਮੌਤ ਹੋ ਗਈ ਹੈ, ਸਿਰ ਉੱਤੇ ਚੜਿਆ ਟਿੱਪਰ। ਪਛਾਣ ਹੋਈ ਕਿੱਥੋਂ ਦਾ ਬੰਦਾ? ਨਹੀਂ ਭਾਜੀ ਹਜੇ ਤੱਕ ਪਛਾਣ ਨਹੀਂ ਹੋਈ ਕੁਛ ਵੀ, ਮਤਲਬ ਕਿ ਜਦੋਂ ਪਛਾਣ ਹੋਏਗੀ ਉਹ ਉਹਨਾਂ ਨੇ ਮੋਬਾਇਲ ਮੂਲ ਐਰਾ ਵਗੈਰਾ ਜੋ ਵੀ ਹੈਗਾ ਜੇਬ 'ਚੋਂ ਆਈਡੈਂਟੀਫਾਈ ਕੱਢਿਆ, ਪੁਲਿਸ ਵਾਲੇ ਲੈ ਗਏ ਉੱਥੇ, ਦੇਖੋ ਹੁਣ ਕੀ ਬਣਦਾ। ਅਸੀਂ ਡੈੱਡ ਬੋਡੀ ਗੱਡੀ 'ਚ ਰਖਾ ਦਿੱਤੀ ਹੈ। ਤੇ ਮੋਟਰਸਾਈਕਲ ਟੁੱਟਿਆ ਹੋਇਆ? ਹਾਂ, ਮੋਟਰਸਾਈਕਲ ਤਾਂ ਭਾਜੀ ਖਤਮ ਹੈਗਾ। ਕੋਈ ਕਾਗਜ਼ ਪੱਤਰ ਨਹੀਂ ਮਿਲਿਆ ਮੋਟਰਸਾਈਕਲ 'ਚ ਕਿੱਥੋਂ ਦਾ? ਹਜੇ ਕਾਗਜ਼ ਪੱਤਰ ਚੈੱਕ ਨਹੀਂ ਕੀਤੇ ਭਾਜੀ ਉਹਨਾਂ ਨੇ ਜੀ। ਤੇ ਸਰੀਰ ਕਹਿੰਦੇ ਮਤਲਬ ਖਤਮ ਹੀ ਹੋ ਗਿਆ ਪੂਰਾ? ਖਤਮ ਭਾਜੀ, ਸਿਰ ਵੀ ਖਤਮ ਹੈਗਾ, ਬਾਹ ਵੀ ਖਤਮ ਹੈਗੀ, ਸਭ ਕੁਝ ਖਤਮ। ਮੈਂ ਵੀ ਦੇਖਿਆ ਤੁਸੀਂ ਇਕੱਠਾ ਕਰਕੇ ਰੱਖ ਰਹੇ ਸੀ। ਹਾਂ, ਅਸੀਂ ਇਕੱਠਾ ਕਰਕੇ ਵਿੱਚ ਰੱਖਿਆ ਗੱਡੀ ਦੇ। ਚਲੋ, ਇਨਸਾਨੀਅਤ ਆ ਤੁਹਾਡੀ। ਤੇ ਜਿਹੜੇ ਹਾਦਸੇ ਰੋਜ਼ ਇਦਾਂ ਹੁੰਦੇ ਆ, ਲੱਗਦਾ ਹਨੇਰਾ ਵੀ ਹੈਗਾ ਇੱਥੇ, ਲੱਗਦਾ ਲਾਈਟਾਂ ਵਗੈਰਾ ਹੋਣੀਆਂ? ਨਹੀਂ ਨਹੀਂ, ਲਾਈਟਾਂ ਹੋਣੀਆਂ ਚਾਹੀਦੀਆਂ ਭਾਜੀ, ਮਤਲਬ ਪਬਲਿਕ ਨੂੰ ਵੀ ਚਾਹੀਦਾ ਕਿ ਥੋੜਾ ਸੰਭਾਲ ਨਾਲ ਚੱਲਣਾ ਚਾਹੀਦਾ ਹੈ ਨਾ। ਹਾਂ, ਦੇਖ ਇਹ ਕੋਈ ਪ੍ਰਵਾਸੀ ਮਜ਼ਦੂਰ ਲੱਗਦਾ ਜੀ, ਉਹ ਕਿੱਥੋਂ ਆ ਰਿਹਾ, ਉਹਦੇ ਉੱਪਰੋਂ ਦਰੜੀ ਪਈ ਹੈ ਲਾਸ਼ ਪੂਰੀ, ਹਾਦਸੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੀ। ਡੈੱਡ ਹਾਂਜੀ, ਇਹ ਹੋਇਆ ਕਿਸ ਜਗ੍ਹਾ ਤੇ? ਤੁਹਾਨੂੰ ਇਹ ITI ਮੋੜ ਦੇ ਲੱਗੇ ਹੋਏ ਜੀ, ਡੈੱਡ ਬੋਡੀ ਭੇਜਤੀ ਆ ਅਸੀਂ, BBMB ਹਸਪਤਾਲ ਭੇਜਤੀ ਆ, ਬਾਕੀ ਆਪਣੀ ਤਫਤੀਸ਼ ਜਾਰੀ ਹੈ। ਇਹ ਇਕੱਲਾ ਵਿਅਕਤੀ ਸੀ? ਇਹ ਫਿਲਹਾਲ ਇਦਾਂ ਲੱਗਦਾ ਇਕੱਲਾ ਹੀ ਹੈ। ਇਹਦੀ ਗੱਡੀ ਮੋਟਰਸਾਈਕਲ ਤੇ ਸੀ? ਕਿਸ ਜਗ੍ਹਾ ਦਾ ਮੋਟਰਸਾਈਕਲ ਸੀ? ਮੋਟਰਸਾਈਕਲ ਹੈ, ਹਰਿਆਣਾ ਨੰਬਰ ਹੈ ਜੀ ਦਾ ਜੀ, ਤੇ ਪ੍ਰਵਾਸੀ ਮਜ਼ਦੂਰ ਲੱਗਦਾ ਇਸ ਤਰ੍ਹਾਂ ਦਿਖਾਈ। ਡੈੱਡ ਬੋਡੀ ਲੈ ਗਏ? ਡੈੱਡ ਬੋਡੀ ਹਸਪਤਾਲ ਪਹੁੰਚਾਤੀ ਹੈ ਜੀ। ਹਾਂਜੀ, ਅਗਲੀ ਕਾਰਵਾਈ ਫਿਰ? ਅਗਲੀ ਕਾਰਵਾਈ ਦੇਖੋ, ਇਹ ਤਫਤੀਸ਼ ਕਰ ਰਹੇ ਹਾਂ, ਜੋ ਵੀ ਸਾਹਮਣੇ ਆ ਜਿਹੜੇ ਵਾਰਸ ਆਣਗੇ ਉਹ ਸਾਹਮਣੇ।